ਬismillahir rahmanir rahim ਮੈਂ ਮੁਹੰਮਦ ਸਰਫਰਾਜ਼ ਜੀ ਐਸ ਵੇਲੇ ਪਿੰਡਾ ਜੀ ਕੋਟਵਾਰ ਜਦੋਂ ਤੁਸੀਂ ਨਨਕਾਣਾ ਸਾਹਿਬ ਤੋਂ ਮਾਨਾਂ ਵਾਲੇ ਨੂੰ ਜਾਓ ਜਾਂ ਮਾਨਾਂ ਵਾਲੇ ਤੋਂ ਨਨਕਾਣਾ ਸਾਹਿਬ ਨੂੰ ਜਾਓ ਬੜੀ ਵਧੀਆ ਸੜਕ ਬਣ ਗਈ ਜਦੋਂ ਨਨਕਾਣੇ ਨੂੰ ਬਣਾਇਆ ਨਾ ਇਹਨਾਂ ਨੇ ਜ਼ਿਲ੍ਹਾ ਉਦੋਂ ਉੱਥੇ ਕੋਟਵਾਰ ਚ ਮੌਜੂਦ ਹਾਂ ਤੇ ਮੈਂ ਨਾ ਇਸ ਵੇਲੇ ਇੱਕ ਮਰਿੰਗੇ ਦੇ ਖੇਤ ਦੇ ਵਿੱਚ ਹਾਂ ਸੁਹਾਣਣਾ ਸੁਹਾਣਣਾ ਜਿੰਨੀ ਦੇਰ ਤੱਕ ਰਿਹਾ ਇਹ ਖੇਤਾਂ ਦੇ ਵਿੱਚ ਪੰਜਾਬ ਦੇ ਵਿੱਚ ਸੁਹਾਣਣਾ ਤੇ ਆਮ ਜੀ ਫਸਲ ਸੀਗੀ ਸਾਡੇ ਜ਼ਿਮੀਂਦਾਰ ਲਾ ਲੈਂਦੇ ਸੀਗੇ ਔਰ ਜਨਾਬ ਇਹਦੀਆਂ ਮੂਲੀਆਂ ਦਾ ਆਚਾਰ ਬਣ ਜਾਂਦਾ ਸੀ ਫੱਲੀਆਂ ਦਾ ਵੀ ਬਣ ਜਾਂਦਾ ਸੀ ਫੁੱਲ ਜਿਹੜੇ ਹੈ ਅਗੋਸਤ ਚ ਪਾ ਕੇ ਪਕਾਏ ਹੁਣ ਬੜੇ ਮਜ਼ੇਦਾਰ ਸੀ ਇਹ ਫਿਰ ਸਾਡੇ ਕੁਛ ਉਸਤਾਦ ਉੱਥੇ ਉਸਤਾਦਾਂ ਨੇ ਫਿਰ ਇਹਨੂੰ ਬਣਾਤਾ ਮਰਿੰਗਾ ਮਰਿੰਗਾ ਬਣ ਗਿਆ ਤੇ ਇਹਨੂੰ ਪਰ ਲੱਗ ਗਿਆ ਜਿਹੜਾ 2 250 ਰੁਪਏ ਕਿਲੋ ਆਉਂਦਾ ਸੀ ਉਹ 2 2500 ਨੂੰ ਕਿਲੋ ਹੋ ਗਿਆ ਤੇ ਪੱਤੇ ਵੀ ਇਹਦੇ ਬੜੀ ਮਫੀਦ ਚੀਜ਼ ਆ ਜੀ ਤੇ ਮੈਂ ਮੇਰੇ ਨਾਲ ਜ਼ਿਮੀਦਾਰ ਨੇ ਜਨਾਬ ਮਰਿੰਗੇ ਦੇ ਉਹਨਾਂ ਨਾਲ ਗੱਲ ਕਰਨਾ ناصر صاحب السلام علیکم جی وعلیکم السلام ناصر صاحب اپنا نام دوبارہ ਦੱਸੋ ناصر علی اے جی ناصر علی صاحب ناصر صاحب ਤੁਸੀਂ ਕਿੰਨੇ ਅਰਸੇ ਤੋਂ ਇਹ ਲਾ ਰਹੇ ਆਂ तकरीबन 10 ਸਾਲ ਹੋ ਗਏ 10 ਸਾਲ ਹੋ ਗਏ ਚਲੋ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਕਿਸ ਤਰ੍ਹਾਂ ਬੀਜੀ ਦਾ ਕਿਦਾਂ ਹੈ ਜਨਾਬ ਇਹ ਪਹਿਲਾਂ ਪੈਲੀ ਤਿਆਰ ਕਰੀਦੀ ਹੈ ਕਿਹੜੇ ਮਹੀਨੇ ਚ ਜੀ ਕਣਕ ਵੱਢ ਕੇ ਕਰੀਦੀ ਆ ਵੱਢ ਕੇ ਪੈਲੀ ਤਿਆਰ ਕਰਕੇ 66 ਜੇਠ ਦੇ ਵਿੱਚ ਜੇਠ ਦੇ ਵਿੱਚ ਜਿਹੜਾ ਨਾ ਜੀ ਇਹ ਪੈਲੀ ਤਿਆਰ ਕਰਕੇ ਅਪ੍ਰੈਲ ਮਈ ਚ ਹਾਂਜੀ ਤੇ ਬੀਲਾ ਦੀ ਦਾ ਪਹਿਲੀ ਜਿਹੜੀ ਆ ਉਹ ਤਿਆਰ ਕਰ ਲੈਣੀ ਆ ਕਰਕੇ ਤੇ ਖੇਲਾਂ ਕੱਢਣੀਆਂ ਆ ਅੱਛਾ ਉਹਦੇ ਥੱਲੇ ਕੋਈ ਖਾਦ ਵੀ ਪਾਣੀ ਆ ਉਹ ਆ ਤੁਹਾਡੀ ਮਰਜ਼ੀ ਆ ਤੁਸੀਂ ਪਾਣੀ ਹੋਵੇ ਪਾ ਸਕਦੇ ਪਾਣੀ ਆ ਤੇ ਕਿਹੜੀ ਪਾਣੀ ਆ ਆ ਖੇਲਾਂ ਦੇਖ ਲਓ ਜੀ ਆਮ ਰੇਜਰ ਦੇ ਨਾਲ ਜਿਹੜਾ ਗਾਜਰਾਂ ਵਾਲਾ ਸਬਜ਼ੀਆਂ ਵਾਲਾ ਰੇਜਰ ਆ ਉਹਦੇ ਨਾਲ ਇੱਕ ਕੱਡੀਆਂ ਆ ਖੇਲਾਂ ਕਿਉਂਕਿ ਹੁਣ ਛਾਂ ਸੰਗਣੀ ਆ ਇਸ ਵਾਸਤੇ ਨਜ਼ਰ ਨਹੀਂ ਆ ਰਿਹਾ ਆ ਖੇਲ ਜੀ ਇਹ ਖੇਲ ਨਜ਼ਰ ਆ ਰਹੀ ਆ ਜੀ ਇਹ ਆਮ ਹੀ ਆ ਜੀ ਉਹ 2.5 ਫੁੱਟ ਵਾਲੀ ਖੇਲ ਜਿਹੜੀ ਆ ਉਹ ਆ ਲੋ ਜੀ 나서ਬ ਸਾਹਿਬ ਨੇ ਇੱਕ ਬੂਟਾ ਪੱਟ ਕੇ ਲੈ ਆਂਦਾ ਇਹਦੀ ਮੂਲੀ ਲੈ ਆਂਦੀ ਆ ਭਾਈ ਤੁਹਾਡਾ ਕਿੰਨਾ ਆ ইমরান ইমরান ਜੀ ইমরান ਸਾਹਿਬ ਲੈ ਕੇ ਆਏ ইমরান ਸਾਹਿਬ ਬਹੁਤ ਬਹੁਤ ਸ਼ੁਕਰੀਆ 나서ਬ ਬਈ ਇਹਨੂੰ ਹਜੇ ਥੱਲੇ ਰੱਖੋ ਪੇ ਕਰਦੇ ਆ ਤੁਸੀਂ ਇਹ ਦੱਸੋ ਇਹਦੀਆਂ ਕੱਢ ਲਈਆਂ ਖੇਲਾਂ ਕੱਢ ਕੇ 1 ਏਕੜ ਚ ਕਿੰਨੇ ਕਿਲੋ ਵੀ ਪੈਂਦਾ 15 ਕਿਲੋ ਵੀ ਲੱਗੇਗਾ ਜੀ 1 ਏਕੜ ਦੇ ਵਿੱਚ ਇੱਕ ਕਿੱਲੇ ਦੇ ਵਿੱਚ 15 ਕਿਲੋ ਯਾਰ 200 ਲੱਗਦਾ ਹੁੰਦਾ ਸੀ ਨਹੀਂ ਹੁਣ ਨਹੀਂ 200 ਲੱਗਦਾ ਹੁਣ 15 ਕਿਲੋ ਲੱਗਦਾ ਹੁਣ 15 ਸੇਰ ਲਾਉਂਦੇ ਆ ਤੇ ਇਹ ਕੀ ਭਾਅ ਲੱਭਦਾ ਇਹ 2000 ਰੁਪਏ 2500 2000 2500 ਮੈਂ ਪਹਿਲਾਂ ਅਰਜ਼ ਕੀਤੀ ਨਾ 2 2500 ਰੁਪਏ ਕਿਲੋ ਹੁੰਦਾ ਸੀ ਅੱਜ ਤੋਂ ਕੁਝ ਸਾਲ ਪਹਿਲੇ ਜਦੋਂ ਦਾ ਬਸਰਾ ਸਾਹਿਬ ਨੇ ਇਹਨੂੰ ਪਰਲਾ ਹਾਤੇ ਨਾ ਇਹ ਹੁਣ 2 2500 ਨੂੰ ਕਿਲੋ ਹੋ ਗਿਆ ਯਾਨੀ 15 ਕਿਲੋ ਬੀ ਲਾਣਾ ਉਹ ਕਿਦਾਂ ਛੱਟਾ ਦੇਣਾ ਕੀ ਕਰਨਾ ਨਹੀਂ ਉਹ ਹੱਥਾਂ ਨਾਲ ਲਾਉਣਾ ਬੀਬੀਆਂ ਨੇ ਲਾਣਾ ਬੀਬੀਆਂ ਨੇ ਲਾਣਾ ਜੀ ਚੋਪੇ ਲਾਣੇ ਭਾਵੇਂ ਤੁਸੀਂ ਬੰਦਿਆਂ ਤੋਂ ਲਵਾ ਲੋ ਭਾਵੇਂ ਮੁੰਡਿਆਂ ਤੋਂ ਲਵਾ ਲੋ ਇੱਕ ਐਦ ਨਹੀਂ ਹੈਗੀ ਇੱਕ ਇੱਕ ਦਾਣਾ ਲਾਣਾ ਜਿਸ ਤਰ੍ਹਾਂ ਆਮ ਦੂਸਰੀਆਂ ਫਸਲਾਂ ਲਾਈਦੇ ਹਾਂ ਜੀ ਤਿੰਨਾ ਉਂਗਲਾਂ ਤੇ ਜਿਸ ਤਰ੍ਹਾਂ ਗੁੰਗਲੂ ਮੂਲੀਆਂ ਚਕੰਦਰ ਵਗੈਰਾ ਵਗੈਰਾ ਲਾਈਦੇ ਆ ਅੱਛਾ ਜੀ ਉਹਦੇ ਤੋਂ ਬਾਅਦ ਇਹਨੂੰ ਪਾਣੀ ਪਹਿਲਾਂ ਦੇਣਾ ਹੈ ਬਾਅਦ ਚ ਦੇਣਾ ਬੀ ਲਾ ਕੇ ਮੁੜ ਕੇ ਇਹਨੂੰ ਪਾਣੀ ਦੇ ਦੇਣਾ ਪਾਣੀ ਦੇ ਦੇਣਾ ਠੀਕ ਹੈ ਇਹਨੂੰ ਪਾਣੀ ਲੱਗਦੇ ਨੇ ਤਕਰੀਬਨ 8 ਤੋਂ 10 ਅ اچھا ਪਾਣੀ ਇਹਨੂੰ ਦੇਣਾ ਇਹਨੂੰ ਕੋ ਗੰਧ ਦੀ ਸਪਰੇ ਉਹ ਤੁਸੀਂ ਤੁਹਾਡੀ ਮਰਜ਼ੀ ਹੈ ਕਰਨੀ ਕਰ ਲਓ ਨਹੀਂ ਕਰਨੀ ਨਾ ਕਰੋ ਨਾ ਕਰੋ ਤੇ ਜੇ ਗੰਧ ਚੜ ਜਾਏ ਉਹਦਾ ਚੜ ਜਾਏ ਦੋ ਗੋਡੀਆਂ ਹੋਣੀਆਂ ਨੇ ਬਸ ਗੋਡੀ ਕਰਨੀ ਪੈਣੀ ਆਂ ਦੀ ਜ ਨਹੀਂ ਤੇ ਗੰਧ ਦੀ ਸਪਰੇ ਕਰ ਲਓ ਮੈਂ ਤਾਂ ਇੱਕ ਵਾਰ ਲਾਇਆ ਸੀ ਗੰਧ ਦੇ ਦੋਖੀ ਮਰ ਗਿਆ ਸੀ ਤਾਂਦਲਾ ਬਹੁਤ ਚੜ ਗਿਆ ਸੀ ਤੇ ਉਹ ਜਿਹੜੀ ਆ ਸਪਰੇ ਕਿਹੜੀ ਆ ਡਵਾਲ ਗੋਲਡ ਵਗੈਰਾ ਪੈਂਡੀ ਆ ਡਵਾਲ ਗੋਲਡ ਕਰ ਲਓ ਪੈਂਡੀ ਕਰ ਲਓ ਹਾਂਜੀ ਜਿਹੜੀਆਂ ਵੀ ਹੈਗੀਆਂ ਜੀ 24 ਘੰਟੇ ਦੇ ਵਿੱਚ ਵਿੱਚ ਜਿਹੜੀਆਂ 24 ਘੰਟੇ ਦੇ ਅੰਦਰ ਅੰਦਰ ਤੁਸੀਂ ਸਪਰੇਅ ਕਰ ਲਓ ਫੇਰ ਇੱਕ ਗੋਡੀ ਦੀ ਬਚਤ ਹੋ ਜਾਂਦੀ ਕਿ ਨਹੀਂ ਦੋਆਂ ਗੋਡੀਆਂ ਦੀ ਹੋ ਜਾਂਦੀ ਫੇਰ ਦੋਨੇ ਗੋਡੀਆਂ ਤੁਹਾਡੀਆਂ ਬਾਜ ਜਾਂਦੀਆਂ ਜੀ ਇਹਨੂੰ ਕਰਦੇ ਹੋ ਸਪਰੇਅ ਮੁੜ ਕੇ ਦੂਜਾ ਪਾਣੀ ਕਿੰਨੇ ਟਾਈਮ ਬਾਅਦ ਲਾਣਾ ਦੂਸਰਾ ਪਾਣੀ 8 ਦਿਨਾਂ ਬਾਅਦ 8 ਦਿਨਾਂ ਬਾਅਦ ਮੁੜ ਕੇ ਕਿੰਨੇ ਕਿੰਨੇ ਵਕਫੇ ਨਾਲ ਪਾਣੀ ਲਾਣੇ 15 ਦਿਨ ਮਹੀਨੇ ਬਾਅਦ 15 ਦਿਨ 8 ਦਿਨ 15 ਦਿਨ ਮਹੀਨੇ ਬਾਅਦ ਜਿਆਦਾ ਗਰਮੀ ਪੈ ਰਹੀ ਹੈ ਨਾ 8 ਦਿਨਾਂ ਬਾਅਦ ਤੁਸੀਂ ਪਾਣੀ ਦੇਣਾ ਤੇ ਪਾਣੀ ਨੂੰ ਜਦੋਂ ਵੀ ਦੇਣਾ ਪਿਛਲੇ ਟਾਈਮ ਦੇਣਾ ਦਪਹਿਰ ਲੱਗੀ ਚ ਪਾਣੀ ਨਹੀਂ ਦੇਣਾ ਵਾਹ ਜੀ ਵਾਹ ਗਰਮੀ ਹੁੰਦੀ ਆ ਹਾਂਜੀ ਉਸ ਪੈੜੀ ਦੇ ਵਿੱਚ ਲਾਉਣਾ ਜਿਹੜੀ ਜ਼ਮੀਨ ਪਾਣੀ ਪੀਂਦੀ ਹੋਵੇ ਅੱਛਾ ਜੀ ਉਸ ਜ਼ਮੀਨ ਦੇ ਵਿੱਚ ਇਹ ਲਾਉਣਾ ਮੈਰਾ ਟਾਈਪ ਜ਼ਮੀਨ ਚ ਚੀਕ ਨਹੀਂ ਚ ਮੁੰਜੀ ਵਾਲੀ ਚ ਨਹੀਂ ਲਾ ਦੇਣਾ ਕਿ ਜ਼ਮੀਨ ਚ ਲਾਓਗੇ ਤਾਂ ਇਹ ਜਿਹੜਾ ਨਾ ਉੱਗ ਕੇ ਗਲ ਜਾਏਗਾ ਸੜ ਜਾਏਗਾ ਵੀ ਖਤਮ ਹੋ ਜਾਏਗਾ ਠੀਕ ਆ ਜੀ ਉੱਗ ਕੇ ਅੱਛਾ ਜੀ ਠੀਕ ਹੈ ਹਾਂਜੀ ਇਹਨੂੰ ਜਨਾਬ ਤੁਸੀਂ 4-3 ਤੋਂ 4 ਮਹੀਨੇ ਜਿਹੜਾ ਨਾ ਇਹਦਾ ਟਾਈਮ ਆ ਹਾਂਜੀ ਜਿੰਨਾ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਇਹ ਫਸਲ ਤਿਆਰ ਹੋ ਜਾਂਦੀ ਹੈ ਠੀਕ ਆ ਜੀ ਤਿੰਨ ਤੋਂ 4 ਮਹੀਨੇ ਦੇ ਵਿੱਚ ਹਫਤੇ ਬਾਅਦ ਪਾਣੀ ਲਾਓਗੇ ਤੇ ਕਿਤੇ 15 ਦਿਨ ਵੀ ਲਾ ਜਾਂਦਾ ਬਰਸਾਤ ਆ ਜਾਏ ਤੇ ਵਕਫਾ ਵੱਜ ਜਾਂਦਾ ਜਦੋਂ ਤੁਸੀਂ ਇਹਨੂੰ ਲਾਣਾ ਹੈ ਨਾ ਜੀ ਹਾਂਜੀ ਉਦੋਂ ਤੁਸੀਂ ਪਹਿਲਾ ਪਾਣੀ ਵੀ ਲਾਉਣਾ ਤੇ ਦੂਸਰਾ ਜਿਹੜਾ ਨਾ ਉਹ ਟਾਈਮ ਨਾਲ ਲਾ ਦੇਣਾ ਅੱਛਾ ਜੀ ਠੀਕ ਅਠਾ ਦਿਨਾਂ ਤੋਂ ਪਹਿਲਾਂ ਲਾ ਦੇਣਾ ਤੁਸੀਂ ਅੱਛਾ ਜੀ ਦੂਸਰਾ ਪਾਣੀ ਲਾ ਕੇ ਮੁੜ ਕੇ ਜਿਹੜੇ ਪਾਣੀ ਨੇ ਨਾ ਉਹ ਤੁਸੀਂ ਦੇੜੇ ਨੇ ਤਕਰੀਬਨ 5-6 ਪਾਣੀ ਨੇ ਜਿਹੜੇ ਉਹ ਤੁਸੀਂ ਅਠਾ ਦੇਣਾ ਬਾਅਦ ਦੇਣੇ ਨੇ ਅੱਛਾ ਜੀ ਉਸ ਬਾਅਦ ਤੁਸੀਂ ਉਹਨੂੰ ਗੋਡੀ ਕਰਾਉਣੀ ਹੈ ਗੋਡੀ ਕਰਾ ਲਓ ਹਾਂਜੀ ਇਹਦੇ ਵਿੱਚ ਗੰਦੂਗਾ ਹੋਵੇ ਹਾਂਜੀ ਪਰ ਇਹ ਵੀ ਕਰ ਸਕਦੇ ਤੁਸੀਂ ਇਹਦੇ ਉੱਤੇ ਇਹਦੇ ਉੱਤੇ ਵੀ ਹੋ ਜਾਂਦੀ ਸਪਰੇ ਇਹ ਉਹ ਕੀ ਉਹ ਕਿਹੜੀ ਹੁੰਦੀ ਆਵਾਸਤੇ ਉਹ ਦਵਾਈਆਂ ਵਾਲਿਆਂ ਨੂੰ ਪਤਾ ਜੀ ਦਵਾਈਆਂ ਵਾਲੇ ਦੇ ਦਿੰਦੇ ਅਸੀਂ ਕਾ ਨੂੰ ਕਿਸੇ ਦੀ ਪਬਲਿਸਿਟੀ ਕਰਨੀ ਠੀਕ ਹੋ ਗਿਆ ਜੀ ਉਹ ਦਵਾਈਆਂ ਵਾਲਿਆਂ ਨੂੰ ਪਤਾ ਜੋ ਜਿਹੜੀ ਦਵਾਈ ਇਹਦੇ ਉੱਤੇ ਕਰੇ ਦੀ ਆਹ ਗੋਡੀ ਨਹੀਂ ਤੁਸੀਂ ਕਰ ਸਕਦੇ ਤੁਹਾਡੀ ਮਰਜ਼ੀ ਹੈ ਤਰਫ ਨਹੀਂ ਕਰ ਤੁਹਾਡੇ ਕੋਡੀ ਹੁੰਦੀ ਨਾ ਤੁਸੀਂ ਸਪਰੇ ਲਿਆਓ 1000 ਰੁਪਏ ਦੀ ਹੁੰਦੀ ਹੈ ਕਿੱਲੇ ਦੀ ਅੱਛਾ ਜੀ ਤੁਸੀਂ ਲਿਆ ਕੇ 1000 ਰੁਪਏ ਦੀ ਸਪਰੇ ਕਰ ਦਿਓ ਅੱਛਾ ਜੀ ਤੇ ਕਾ ਹੋਰੀ ਖਤਮ ਅੱਛਾ ਜੀ ਆ ਬਿਲਕੁਲ ਠੀਕ ਠਾਕ ਫਸਲ ਜਿਹੜੀ ਆ ਉਹ ਤਿਆਰ ਹੋ ਜਾਏਗੀ 4 ਮਹੀਨੇ ਦੇ ਵਿੱਚ 4 ਮਹੀਨੇ ਅੱਛਾ ਜੇ ਇਹ ਹੁਣ ਤਿਆਰ ਹੈ ਤੁਹਾਡੀ ਫਸਲ ਜੀ ਬਿਲਕੁਲ ਤਿਆਰ ਇਹ ਫਸਲ ਤਿਆਰ ਆ ਇਹ ਤੁਸੀਂ ਇੱਥੇ ਖਲੋਤੀ ਵੇਚ ਦਿੰਨੇ ਆ ਜਾਂ ਆਪ ਮੰਡੀ ਲਜਾਣੇ ਆ ਨਹੀਂ ਜੀ ਇਹ ਖਲੋਤੀ ਸੇਲ ਕਰ ਤੁਸੀਂ ਖਲੋਤੀ ਫਿਰ ਜਿਹੜਾ ਗਾਹਕ ਆ ਉਹ ਮੂਲੀਆਂ ਮੂਲੀ ਦਿਖਾ ਲਓ ਜੀ ਹੁਣ ਤੁਸੀਂ ਮੂਲੀ ਲਿਆਏ ਪੱਟ ਕੇ ਐ ਜੀ ਛੋਟੀ ਸਭ ਤੋਂ ਮੂਲੀ ਚਲੋ ਕੋਈ ਗੱਲ ਨਹੀਂ ਜੀ ਗੱਲ ਤਾਂ ਦਿਖਾ ਲੈਣੀ ਜੀ ਇਹ ਛੋਟੀ ਆ ਜੀ achar ਦੇ ਕੰਮ ਆਂਦੀ ਆ ਜੀ ਐ ਇਹਦਾ ਤਣਾ ਜੀ ਫੜ ਕੇ ਰੱਖਿਓ ਜੀ ਇਹ ਤਣਾ ਜਿਹੜਾ ਆ ਇਹ ਚਾਰੇ ਦੇ ਡੰਗਰਾਂ ਦੇ ਕੰਮ ਆਉਂਦਾ ਆ ਪੱਤੇ ਆ ਜੀ ਇਹ ਬੰਦੇ ਖਾਂਦੇ ਆ ਉਹਦੇ ਵਾਸਤੇ ਤੁਹਾਨੂੰ ਬਸਰਾ ਸਾਹਿਬ ਦੀ ਵੀਡੀਓ ਬਹੁਤ ਕੁਝ ਦੱਸਦੀਆਂ ਆ ਇਹ ਮੁਰਿੰਗਾ ਜੀ ਅੱਛਾ ਇਹ ਦੱਸੋ ਆਮ ਜਿਹੜੇ ਲੋਕ ਆ ਉਹਨਾਂ ਨੂੰ ਪੁੜੀਆਂ ਦੇ ਵਿੱਚ ਬੜਾ ਮਹਿੰਗਾ 2-2000 ਦੀ ਪੁੜੀ 15-1500 ਦੀ ਵਿਕਣ ਢਈ ਜਾਂ ਲੱਭਣ ਢਈ ਆ ਜੇ ਡਾਇਰੈਕਟ ਕੋਈ ਤੁਹਾਡੇ ਨਾਲ ਰਾਬਤਾ ਕਰੇ ਤਾਂ ਤੁਸੀਂ ਇਹ ਪੱਤੇ ਵਗੈਰਾ ਦੇ ਸਕਦੇ ਆ ਜੀ ਜੀ ਆ ਸਕਦੇ ਜਨਾਬ ਫ੍ਰੀ ਦੇ ਦਿੰਦੇ ਆ ਜੀ ਇਹ ਨਾ ਤੁਸੀਂ ਇਹ ਪਿੰਡ ਜਿਹੜਾ ਜੀ ਬੜੇ ਮਸ਼ਹੂਰ ਹਸਤੀ ਹੋਈ ਆ ਪਪੀਤੇ ਦੇ ਹਵਾਲੇ ਨਾਲ ਅਨਸ ਪੱਟੀ ਸਾਹਿਬ ਉਹਨਾਂ ਦੇ ਪਿੰਡ ਨੂੰ ਜਿਹੜੀ ਸੜਕ ਜਾਂਦੀ ਉਹਦੇ ਰਾਹ ਦੇ ਉੱਤੇ ਇਹ ਲੱਗਾ ਮੈਂ ਫੋਨ ਕੀਤਾ ਪੱਟੀ ਸਾਹਿਬ ਨੂੰ ਉਹਨਾਂ ਨੇ ਚੁੱਕਿਆ ਨਹੀਂ ਉੱਥੇ ਆ ਜੀ ਉਹ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਬੰਦਾ ਗਿਆ ਗੁਜਰਾਂ ਦੇ ਪਿੰਡ ਦੇ ਵਿੱਚ ਗੱਲ ਤੇ ਜੱਟਾਂ ਦੀ ਸੀ ਗੁਜਰਾਂ ਦੀ ਮੈਂ ਤਾਂ ਕਹਿਣ ਲੱਗਾ ਜੱਟ ਲੜਨਾ ਪੈਣ ਉਹਨੇ ਕਿਹਾ ਭਾਈ ਇਸ ਪਿੰਡ ਗੁਜਰ ਰਹਿੰਦੇ ਆ ਉਹਨੇ ਕਿਹਾ ਵੱਡਿਆਂ ਨਹੀਂ ਮੁੱਕਦੇ ਤੂੰ ਦੱਸ ਕਿੰਨੇ ਚਾਹੀਦੇ ਆ ਇੱਥੇ ਕੋਟਵਾਰ ਦੇ ਆਲੇ ਦੁਆਲੇ ਆ ਜਾਓ ਜੀ ਇਹ ਵੱਡਿਆਂ ਨਹੀਂ ਮੁੱਕਦਾ ਵਾਫਰ ਮਕਦਾਰ ਦੇ ਵਿੱਚ ਤੁਹਾਨੂੰ ਪੱਤੇ ਇਹਦੀਆਂ ਮੂਲੀਆਂ ਇਹਦੇ ਤਣੇ ਲੱਭ ਸਕਦੇ ਆ ਤੇ ਆਖਰ ਤੇ ਵੀਡੀਓ ਤੇ ਮੈਂ ਨੰਬਰ ਦਾਂਗਾ ਨਾਸਰ ਸਾਹਿਬ ਦਾ ਉਹ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਆ ਮਜ਼ੀਦ ਕੋਈ ਮਲੂਮਾਤ ਹੋਵੇ ਇਹਨਾਂ ਕੋਲੋਂ ਲਈ ਜਾ ਸਕਦੀ ਆ ਸੁਹਾਣਣੇ ਦੀ ਖੇਤੀ ਬੜੀ ਆਸਾਨ ਖੇਤੀ ਆ ਕਿਉਂ ਜੀ ਨਾਸਰ ਸਾਹਿਬ ਐਸੀ ਤਰ੍ਹਾਂ ਹੀ ਆ ਮੈਰਾ ਜ਼ਮੀਨ ਚਾਹੀਦੀ ਆ ਪਾਣੀ ਹੋਣਾ ਚਾਹੀਦਾ ਤੁਹਾਡਾ ਕਿਉਂਕਿ 10 ਦੇ 8 ਦਿਨ ਹੀ ਪਾਣੀ ਲੱਗ ਜਾਂਦਾ ਆ ਤੇ ਬਸ ਤੁਸੀਂ ਲਾ ਕੇ ਦੋ ਗੋਡੀਆਂ ਕਰੋ ਨਹੀਂ ਕਰਨੀਆਂ ਇਹਨਾਂ ਨੂੰ ਤੁਸੀਂ ਸਪਰੇਅ ਕਰਦੇ ਹੋ ਪਾਣੀ ਲਾਈ ਜਾਓ ਖਾਦ ਵੀ ਪੈਂਦੀ ਜੀ ਖਾਦ ਆਪਣੀ ਮਰਜ਼ੀ ਆ ਜੀ ਤੁਸੀਂ ਪਾਣੀ ਯੂਰੀਆ ਪਾ ਲਓ ਡੀਪੀ ਪਾ ਲਓ ਥੱਲੇ ਡੀਪੀ ਪਾਣੀ ਥੱਲੇ ਡੀਪੀ ਪਾ ਲਓ ਉੱਤੇ ਤੁਸੀਂ ਇੱਕ ਵਾਰੀ ਯੂਰੀਆ ਪਾ ਸਕਦੇ ਹੋ ਤੁਸੀਂ ਇਹਨੂੰ ਕਿੰਨੀ ਪਾਈ ਆ ਅਸੀਂ ਇਹਨੂੰ ਇੱਕ ਬੋਰੀ ਪਾਈ ਆ ਕਿਹਦੀ ਯੂਰੀਆ ਇਹਨੂੰ ਜੀ ਯੂਰੀਆ ਦੀ ਇੱਕ ਬੋਰੀ ਪਈ ਹੈ ਤੁਸੀਂ ਦੇਖੋ ਬੰਦੇ ਦੇ ਕੱਦ ਤੋਂ ਵੱਧ ਗਿਆ ਹੈ ਇਹ ਤੇ ਵਿੱਚ ਬੂਟੇ ਜਿਹੜੇ ਆ 6 ਫੁੱਟ ਤੋਂ ਵੀ ਵੱਧ ਗਏ ਇੱਕ ਬੋਰੀ ਯੂਰੀਆ ਪਈ ਹੈ ਡੀਪੀਏ ਨੂੰ ਕੋਈ ਨਹੀਂ ਪਟਾਸ਼ ਇਹਨੂੰ ਕੋਈ ਨਹੀਂ ਕੋਈ ਚੀਜ਼ ਨਹੀਂ ਜ਼ਮੀਨ ਤੁਹਾਡੀ ਮਹਿਰਾ ਹੋਣੀ ਚਾਹੀਦੀ ਆ ਬਿਲਕੁਲ ਜ਼ਮੀਨ ਮਹਿਰਾ ਹੋਵੇਗੀ ਤੇ ਇਹ ਫਸਲ ਜਿਹੜੀ ਆ ਆਟੋਮੈਟਿਕਲੀ ਜਿਹੜੀ ਜ਼ਮੀਨ ਦੇ ਵਿੱਚ ਕਦੀ ਫਸਲ ਲੱਗੀ ਨਹੀਂ ਨਾ ਹਾਂਜੀ ਉਸ ਜ਼ਮੀਨ ਦੇ ਵਿੱਚ ਫਸਲ ਜਿਹੜੀ ਖਾਦ ਤੋਂ ਬਗੈਰ ਹੀ ਜਿਹੜੀ ਹੈ ਨਾ ਹਾਂਜੀ ਉਹ 10 ਫੋਰ ਤੇ ਕਰ ਜਾਏਗੀ ਬੀ ਇਹਦਾ ਸੌਖਾ ਲੱਭ ਜਾਂਦਾ ਜੀ ਬਿਲਕੁਲ ਬੀ ਸੌਖਾ ਲੱਭ ਜਾਂਦਾ ਇੱਥੇ ਕੋਟਵਾਰ ਲੋਕਾਂ ਦੇ ਘਰਾਂ ਚੋਂ ਲੱਭ ਜਾਂਦਾ ਬਿਲਕੁਲ ਲੱਭ ਜਾਂਦਾ ਲਓ ਜੀ ਇੱਥੇ ਵੀ ਹੋਵੇ ਤੇ ਨਾਸਰ ਸਾਹਿਬ ਦੇ ਨਾਲ ਰਾਬਤਾ ਕਰੋ ਤੇ ਇਹ ਵੀ ਤੁਹਾਨੂੰ ਦੇ ਦੇਣਗੇ ਬਹੁਤ ਬਹੁਤ ਸ਼ੁਕਰੀਆ ਜੀ ਲਓ ਜੀ ਹੁਣ ਜਾਂਦੇ ਜਾਂਦੇ ਇੱਕ ਨਾਰਾ ਲਾ ਦਿਏ ਪਾਕਿਸਤਾਨ ਜ਼ਿੰਦਾਬਾਦ ਦੁਪਹਿਰਾ ਹੋ ਗਿਆ ਮੇਰੇ ਖਿਆਲ ਤੁਸੀਂ ਰੋਟੀ ਨਹੀਂ ਖਾਧੀ ਪਾਕਿਸਤਾਨ ਜ਼ਿੰਦਾਬਾਦ